हाँ जी सत श्री अकाल जी सारिआं नूं। ते अज मैनू लाइव आना पिया सर इस दे संबंध विच कि जिहड़ा भी मुद्दा हुण चल रिहा इस टाइम समाज सेवियां दा उसनूं एक नवा मोड़ दिता जा रिहा है। जो भी ये पत्रकार है बलजिंदर सिंह कुछ पखो जिसका नाम आ उस दे वल्लों उसकी बघेल सिंह दी सिस्टर नूं लिआंदा गया अगे तो हुण निशाना जे सीधा देखिए तो उस बघेल सिंह दे उपर सीधा जा रहा है। सिर्फ इस करके कि उसने समाज सेवियां का जिहड़ा जिक्र करना शुरू किया कि समाज सेवियां ने किदां साडे NRI भरावां नूं लुटिया उस दे संबंध में दस्या लोगों नूं। तो जो बघेल सिंह का जो पास्ट सीगा उसनू हुण इस मुद्दे नूं रोकण वास्ते बघेल सिंह दे वैरियां वल्लों जां जिन्हां नाल उसदी पहलां लगदार सीगी उन्हां वल्लों बघेल सिंह नूं दे परिवार नूं जां बघेल सिंह ते तोहमतां लाईआं जा रहीआं ने कि बघेल सिंह ने पहलां अपने इंजन महकमे दे विच इदां कुछ कीता ते हुण इह आह कुछ कर रिहा वा। जे सीधे तौर ते देखीए कि इसनूं इक जिहड़ी समाज सेवियां दी लड़ाई आ उसनूं इक नवां मोड़ दित्ता जा रिहा है। ते तुहानूं मैं इक वीडियो सुणाउणा हुण इस टाइम जिहड़ी बलजिंदर सिंह पखो वल्लों कीती गई आ ते उस दे विच बलजिंदर सिंह पखो की बोलदा पिआ वा ਤੁਸੀਂ ਸਭ ਨੇ ਆਪ ਹੀ ਸੁਣਨੀ ਆ। ਇਹ ਇੱਕ ਸਿੱਧੇ ਤੇ ਸਿੱਧਾ ਜੇ ਲਿਖੀਏ ਅਟੈਕ ਇਸ ਟਾਈਮ ਬਘੇਲ ਸਿੰਘ 'ਤੇ ਕੀਤਾ ਜਾ ਰਿਹਾ ਹੈ ਬਘੇਲ ਸਿੰਘ ਦੇ ਵੈਰੀਆਂ ਵੱਲੋਂ। ਹੁਣ ਤੁਸੀਂ ਸਾਰਿਆਂ ਨੇ ਇਹ ਵੀਡੀਓ ਸੁਣਨੀ ਅਤੇ ਕਹਿ ਕੀ ਰਿਹਾ ਉਹ ਵੀ ਜ਼ਰੂਰ ਸੁਣਨੀ, ਆਪਾਂ ਪੂਰਾ ਕਲੀਅਰ ਕਰਾਂਗੇ ਉਸ ਗੱਲ ਨੂੰ। ਬਘੇਲ ਸਿੰਘ ਨੇ ਅੱਛਾ ਮੁੱਦਾ ਚੁੱਕਿਆ ਸੀ ਵੀ ਪੈਸੇ ਉਹ ਨੌਜਵਾਨ ਇਕੱਠੇ ਕਰਕੇ ਕਿਤੇ ਭੇਜਦੇ ਹੋਣਗੇ ਗੋਲਡੀ ਪੀਪੀ ਹੋਣਾਂ ਨੂੰ ਜਾਂ ਕਿਸੇ ਵੀ NGO ਨੂੰ, ਅਤੇ ਉਹਨਾਂ ਦਾ ਹੱਕ ਬਣਦਾ ਸੀ ਕਿ ਉਸ ਪੈਸੇ ਦਾ ਸਹੀ ਤਰੀਕੇ ਨਾਲ ਹਿਸਾਬ ਕਿਤਾਬ ਲਿਆ ਜਾਏ ਔਰ ਇਸ ਗੱਲ ਦੀ ਐਪਰੀਸ਼ੀਏਸ਼ਨ ਵੀ ਹੋ ਰਹੀ ਸੀ। ਹੁਣ ਬਘੇਲ ਸਿੰਘ ਦੇ ਮਤਲਬ ਸੁਣਨ ਮੁਤਾਬਕ ਇਹ ਗੱਲ ਆਈ ਹੈ ਕਿ ਜਿਹੜਾ ਨੇਕੀ ਦੇ ਪਰਿਵਾਰ ਦੇ ਨਾਲ ਉਹਨੇ ਗਲਤ ਵਲਤ ਤਸਵੀਰਾਂ ਪਾਈਆਂ, ਨੇਕੀ ਨੇ ਮੁੜ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਪਾਈਆਂ, ਇਸ ਵਕਤ ਸਾਰੀ ਦੁਨੀਆ ਦੇ ਗਰਮ ਖਿਆਲੀਆਂ ਦੀਆਂ ਨਜ਼ਰਾਂ ਦੇ ਵਿੱਚ ਇਹ ਡੀਗ੍ਰੇਡ ਹੋ ਰਿਹਾ। ਬਘੇਲ ਸਿੰਘ ਦੇ ਉਹ ਸਮਝਦੇ ਕਿ ਬਘੇਲ ਸਿੰਘ ਦੀ ਗਲਤੀ ਦਾ ਕਰਕੇ ਉਸ ਬੰਦੇ ਨੇ ਇੰਨੀ ਜ਼ੁਰਤ ਕੀਤੀ ਨੇਕੀ ਨੇ ਕਿ ਉਹ ਸੰਤਾਂ ਦੇ ਜਾਂ ਭਾਈ ਜੁਗਰਾਜ ਸਿੰਘ ਤੂਫਾਨ ਦੇ ਪਰਿਵਾਰ ਦੇ ਖਿਲਾਫ ਜਿਹੜਾ ਵਾ ਉਹਨੇ ਵੀ ਤਸਵੀਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਉਹ ਤੇ ਬੰਦਾ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸੋਚ ਦੇ ਖਿਲਾਫ ਆ, ਖਾਲਿਸਤਾਨ ਦੀ ਸੋਚ ਦੇ ਖਿਲਾਫ ਆ, ਉਹਨੇ ਉਹਨਾਂ ਦੇ ਖਿਲਾਫ ਬੋਲਣਾ ਹੀ ਬੋਲਣਾ। ਪਰ ਇਸ ਬੰਦੇ ਨੇ ਆਹ ਇੱਕ ਨਵਾਂ ਮੁੱਦਾ ਛੇੜ ਕੇ ਇਹ ਤੇ ਸਾਰੇ ਗਰਮ ਖਿਆਲੀਆਂ ਦੀ ਸਗੋਂ ਇਹ ਵੀ ਉਹਨਾਂ ਦੀ ਨਜ਼ਰ 'ਚ ਆ ਗਿਆ ਵੀ ਤੂੰ ਇੱਕ ਇਹ ਕਰਤੂਤ ਨਾ ਕਰ ਦੋ ਤੇ ਨਾ ਉਹ ਸੰਤਾਂ ਦੇ ਖਿਲਾਫ ਕੋ ਗੱਲ ਕਰਦਾ, ਤੇ ਇਸ ਕਰਕੇ ਇਹਨੂੰ ਵੀ। ਹੁਣ ਜੇ ਆਪਾਂ ਦੇਖੀਏ ਸਿੱਧੇ ਤੌਰ ਤੇ ਨਿਸ਼ਾਨਾ ਇਸ ਗੱਲਾਂ ਨਾਲ ਬਘੇਲ ਸਿੰਘ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਕਿਉਂਕਿ ਜਿਹੜੇ ਬਘੇਲ ਸਿੰਘ ਦੀ ਸਪੋਰਟ ਦੇ ਵਿੱਚ ਨੇ ਇਹਨਾਂ ਇਸ ਵੀਡੀਓ ਦੇ ਰਾਹੀਂ ਇਹ ਸੋਚਦੇ ਨੇ ਲੋਕ ਕਿ ਉਹ ਬਘੇਲ ਸਿੰਘ ਦੇ ਉਲਟ ਹੋ ਜਾਣਗੇ, ਜਦਕਿ ਇਹ ਬੰਦਾ ਕਹਿ ਰਿਹਾ ਹੈ ਕਿ ਬਘੇਲ ਸਿੰਘ ਨੇ ਪਹਿਲਾਂ ਨੇਕੀ ਦੀ ਫੈਮਿਲੀ ਦੀਆਂ ਜਿਹੜੀਆਂ ਫੋਟੋਆਂ ਸੀਗੀਆਂ ਐਡਿਟ ਕਰਕੇ ਪਾਉਣੀਆਂ ਸੋਸ਼ਲ ਮੀਡੀਆ 'ਤੇ ਗਲਤ ਤਰੀਕੇ ਨਾਲ ਵਾਇਰਲ ਕੀਤੀਆਂ, ਫਿਰ ਉਸ ਤੋਂ ਬਾਅਦ ਨੇਕੀ ਨੇ ਸੰਤ ਜਰਨੈਲ ਸਿੰਘ ਦੀਆਂ ਫੋਟੋਆਂ ਵਾਇਰਲ ਤਾਂ ਕੀਤੀਆਂ। ਇਸ ਬੰਦੇ ਦਾ ਇਹ ਕਹਿਣਾ ਕਿ ਪਹਿਲਾਂ ਸ਼ਰਾਰਤ ਸ਼ੁਰੂ ਬਘੇਲ ਸਿੰਘ ਨੇ ਕੀਤੀ ਉਹਦੇ ਪਰਿਵਾਰ ਪ੍ਰਤੀ, ਅਤੇ ਫਿਰ ਨੇਕੀ ਨੇ ਸੰਤ ਜਰਨੈਲ ਸਿੰਘ ਦੀਆਂ ਫੋਟੋਆਂ ਗਲਤ ਤਰੀਕੇ ਨਾਲ ਵਾਇਰਲ ਕੀਤੀਆਂ ਬਣਾ ਕੇ, ਅਤੇ ਇਹ ਕੌਮ ਨੂੰ ਸੁਨੇਹਾ ਇਹ ਦੇ ਰਿਹਾ ਕਿ ਸਭ ਤੋਂ ਵੱਡੀ ਗਲਤੀ ਪਹਿਲਾਂ ਬਘੇਲ ਸਿੰਘ ਨੇ ਇਹ ਚੀਜ਼ ਛੇੜੀ ਆ, ਜਦਕਿ ਨੇਕੀ ਦੀਆਂ ਕਰਤੂਤਾਂ ਕਿਸੇ ਤੋਂ ਓਹਲੇ ਨਹੀਂ ਗਈਆਂ। ਜੇ ਦੇਖਿਆ ਜਾਵੇ ਕਿ ਨੇਕੀ ਨੇ ਹੁਣ ਤੱਕ ਕੀ ਬਕਵਾਸ ਕੀਤੀ ਆ, ਨੇਕੀ ਨੇ ਨਾ ਕਿ ਇਕੱਲੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਖਿਲਾਫ਼ ਬਕਵਾਸ ਕੀਤੀ, ਉਹਨਾਂ ਨੇ ਸਾਡੇ ਗੁਰੂਆਂ 'ਤੇ ਵੀ ਟਿੱਪਣੀਆਂ ਕੀਤੀਆਂ ਵਾਂਗੇ, ਗੁਰੂਆਂ ਨੂੰ ਵੀ ਇਹ ਗੱਲ ਕਹੀ ਆ ਕਿ ਉਹ ਵੀ ਇੱਕ ਆਮ ਜੀਵਨ ਸਾਡੇ ਵਾਂਗੂ ਬਤੀਤ ਕਰਕੇ ਗਏ ਨੇ। ਪਹਿਲਾਂ ਤੁਸੀਂ ਉਸਦੀਆਂ ਵੀਡੀਓ ਦੇਖੀਆਂ ਹੋਣੀਆਂ, ਇੱਕ ਨਵਾਂ ਹੀ ਆਈ ਆ ਕਿ ਬੀਬੀ ਸਾਹਿਬ ਕੌਰ ਕਿ ਔਰੰਗਜ਼ੇਬ ਨਾਲ ਮਿਲ ਗਈ ਸੀਗੀ। ਇਸ ਬੰਦੇ ਦੀਆਂ ਇਹ ਕਰਤੂਤਾਂ ਨੇਕੀ ਦੀਆਂ, ਅਤੇ ਉਸ ਤੋਂ ਪਹਿਲਾਂ ਇੱਕ ਵੀਡੀਓ ਇੱਕ ਹੋਰ ਆਈ ਸੀ ਕਿ ਸਿੱਖਾਂ ਨੇ ਖੁਦ ਹੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਦਿੱਤਾ ਸੀਗਾ, ਸਿੱਖਾਂ ਨੇ ਸ਼ਹੀਦ ਕਰਵਾਇਆ ਸੀਗਾ। ਕੀ ਇਹ ਸਾਰੀਆਂ ਗੱਲਾਂ ਜੇ ਸੋਚਿਆ ਜਾਵੇ ਇਹ ਬਘੇਲ ਸਿੰਘ ਨੇ ਜੇ ਉਸਦੀਆਂ ਫੈਮਿਲੀ ਦੀਆਂ ਫੋਟੋਆਂ ਐਡਿਟ ਕੀਤੀਆਂ ਸੀ ਤਾਂ ਕਿਉਂ ਇਹ ਨੇਕੀ ਤਾਂ ਬੋਲੀਆਂ ਇਸ ਗੱਲਾਂ? ਨੇਕੀ ਨੇ ਇਕੱਲਾ ਸੰਤਾਂ ਨੂੰ ਟਾਰਗੇਟ ਨਹੀਂ ਕੀਤਾ, ਉਸਨੇ ਸਮੁੱਚੀ ਸਿੱਖ ਕੌਮ ਨੂੰ ਟਾਰਗੇਟ ਕੀਤਾ ਹੈ ਅੱਜ ਤੱਕ, ਅਤੇ ਸਾਡੇ ਗੁਰੂਆਂ ਨੂੰ ਵੀ ਟਾਰਗੇਟ ਕੀਤਾ ਹੈ। ਉਸ ਦੀ ਵਜ੍ਹਾ ਬਘੇਲ ਸਿੰਘ ਨਹੀਂ ਗਾ, ਜਿਹੜਾ ਬੰਦਾ ਇਹ ਪੱਤਰਕਾਰ ਕਹਿ ਰਿਹਾ ਨਾ ਕਿ ਬਘੇਲ ਸਿੰਘ ਨੇ ਇਹ ਸਭ ਕੁਛ ਕੀਤਾ ਅਤੇ ਨੇਕੀ ਨੇ ਤਾਂ ਸਟਾਰਟ ਕੀਤਾ, ਅਤੇ ਨੇਕੀ ਦੀ ਤੁਹਾਨੂੰ ਮੈਂ ਇੱਕ ਹੋਰ ਕਰਤੂਤ ਦਿਖਾਉਂਦਾ ਜਿਹੜੀ ਉਹਨੇ ਸਾਡੇ ਦੂਸਰੇ ਉਹਨਾਂ ਦੇ ਖਿਲਾਫ ਅੰਮ੍ਰਿਤ ਸੰਚਾਰ ਦੇ ਖਿਲਾਫ ਕੀਤੀ ਆ ਜਿਹੜੀ ਉਹਨੇ, ਅਤੇ ਉਹ ਤੁਸੀਂ ਦੇਖੋਗੇ ਹੁਣ ਸਾਰਿਆਂ ਦੇ ਸਾਹਮਣੇ ਕਿ ਉਸਨੇ ਕਿੱਦਾਂ ਸਾਡੇ ਅੰਮ੍ਰਿਤ ਸੰਚਾਰ ਨੂੰ ਇੱਕ ਬਿਮਾਰੀ ਦਾ ਨਾਮ ਦਿੱਤਾ ਸੀ। ਅਤੇ ਇਸ ਪੱਤਰਕਾਰ ਨੂੰ ਕੋਈ ਪੁੱਛਣ ਵਾਲਾ ਹੋਵੇ
कि जिहड़ा उस अमृत संचार ते अटैक कीता सी ढंड नेकी ने ते की ओह बघेल सिंह दी देन सीगी। सो सारिआं नूं जागण दा टाइम आ इह, जे बघेल सिंह बहुत वधिया एक सच्चा सुनेहा लैके चलिया है NRI भरावां लई कि हाँ जिहड़े इन्हां दे हक दी कमाई आ उह सही ठिकाणे ते लगदी कि नहीं लगदी। ते इस सारे मसलिआं नाल जिहड़े इह मुद्दे हुण उठाए जा रहे आ बघेल सिंह ते, इस दे नाल की रिलेशन आ उन्हां गल्लां दा जिहड़ियां इह पुराणियां कबरां पट पट के बघेल सिंह दीआं सामने करके लिया रहे ने कि बघेल सिंह ने इदां करदा सी जीवन विच इदां करदा सी। सच्चा तां कोई वी नहीं सीगा, सच्चा तां जिहड़ा आह पक्खों आ इह कहिड़ा पहिलां सच्चा सी, पहिलां किलो किलो दाढ़ी दे विच रंग हुंदा सी इस बंदे दे, इक इक किलो दाढ़ी दे विच रंग हुंदा सी, ते अज इह वड्डा कौमी दर्दी बणिआ बैठा है सब दे सामने। पहिलां खुद अपने हत्थां नाल इह बंदा मूँह काला करदा सीगा, ते हुण जिहड़ी नेकी वलों बकवास कीती गई सीगी उह वी दिखा दिंदे आ। इह सोचदा कि बघेल सिंह दे करके सब कुछ नेकी ने कीता, आह वी सुणिओ जरूर तुसीं जी, कोई बंदा ਜਿਹੜਾ ਜਿਹਨੂੰ ਅੰਮ੍ਰਿਤ ਕਹਿੰਦੇ ਅਸੀਂ, ਜਿਹੜਾ ਉਹ ਪਾਣੀ, ਜਿਹੜਾ ਉਹ ਸ਼ਰਬਤ ਜਿਸ ਤਰੀਕੇ ਨਾਲ ਤਿਆਰ ਹੋਇਆ ਬਾਣੀਆਂ ਪੜ੍ਹ ਕੇ ਜਿਹ 'ਚ ਪਤਾਸੇ ਪਾਏ ਗਏ ਆ, ਜੇ ਕੋਈ ਬੰਦਾ ਉਹਨੂੰ ਵਾਰ ਵਾਰ ਜਾਣੀ ਹਰੇਕ ਵਾਰੀ ਜਿਹੜਾ ਕੰਮ ਹੀ ਅੰਮ੍ਰਿਤ ਛਕਾਉਣ ਦਾ ਆ, ਠੀਕ ਹੈ, ਜਦੋਂ ਵੀ ਬਚੂਗਾ ਪੀਊਗਾ ਸ਼ੂਗਰ ਹੀ ਹੋਊਗੀ ਉਹਨੂੰ, ਹੈ ਕੋਈ ਇਲਾਜ ਉਹਦਾ? ਨਹੀਂ। ਇੱਦਾਂ ਹੋ ਸਕਦਾ ਵੀ ਕੋਈ ਕਹੇ, ਡਾਕਟਰ ਕਹਿ ਦੇਵੇ, ਕੋਈ ਸਰਟੀਫਿਕੇਟ ਦੇ ਸਕਦਾ ਡਾਕਟਰ ਵੀ ਜਿਹੜਾ ਬੰਦਾ ਇਹ ਅੰਮ੍ਰਿਤ ਵਾਲਾ ਪਾਣੀ, ਜਿਹੜਾ ਇਹ ਪਤਾਸੇ ਵਾਲਾ ਪਾਣੀ ਪੀਂਦਾ, ਇਹਦੇ ਨਾਲ ਸ਼ੂਗਰ ਨਹੀਂ ਹੋਊਗੀ? लड़ाई होर दिशा दे रहा है। जिहड़ी लड़ाई मेन हैगी आ कि सानू जिहड़े समाज सेवी आ उह हिसाब किताब अपना देण कि किस दे पैसे आए आ किस दे पैसे नहीं आएगे, ते इह लड़ाई नू किधर नू लै चले आ, किधरे विच दमदमी टकसाल आ गई, किधरे विच नेकी आ गया, ठीक आ। तो इस सारी लड़ाई जिहड़ी पुरानी चलती रंजिश इन्हां दी आपस विच चलती आ, नेकी होणा दी जां ढंडरी दी जां किसे दी भी, तो इस लड़ाई का सारा रौला बघेल सिंह दे सिर च पाउण दी गल कीती जा रही आ कि जिहड़े लोग उस नाल जुड़े आ उह लोग टुट जाण ते बघेल सिंह दा विरोध करन, ते बघेल सिंह वाकई लोगों के सामने माड़ा नज़र बन जाए आ जाए। तो इदां नहीं हुंदा गा, एक पास्यों यह बंदा कहिंदा पिया कि किसी नूं फैमिली नूं विच इनवॉल्व ना करो, अपनी वीडियो दे विच कहिंदा पिया किसी दीआं मावां धीआं नूं टारगेट ना बनावो, एक पास्से यह बंदा खुद बघेल सिंह दी सिस्टर दी इंटरव्यू करदा पिया कि सब तो वड्डा चेहरा कौन लैके आया, पहला मावां धीआं दा चेहरा, पहला भैणां दा चेहरा कौन, किहड़ा पत्रकार लैके आया। सो सोचण दी गल आ, ते इक जिहड़ा मैं नां नहीं जाणदा कौन आ, प्रभदीप प्रभप्रीत आ, ठीक है ना, उसका मैं नाम नहीं जानता कि कौन आ बंदा कौन नहीं गी, तो जे उसके अंदर वाकई मर्दा वाली गल कोई हैगी आ तो उन्होंने कह भरा मेरा जिहड़ी लड़ाई इस टाइम चलती पई आ समाज सेवियां के संबंध में उन्होंने संबंध में सवाल कर, ना कि पुरानियां कबरां पट, ना कि किसी की फैमिली तक पहुँच। जे लड़ाई मर्दा वाली है तो सिर्फ सीधी मर्दा नाल लड़न, ना कि जनानियों का सहारा चक, ना कि उसके परिवार के उपर अटैक करके उनके सिस्टर नाल इदा हुई है, तो जां दमदमी टकसाल ने इदा किया, ये गल्लां नहीं हुंदियां गियां करन वालियां। जे गल जिहड़ी गल इस टाइम चलती पई आ सिर्फ हिसाब किताब नूं लैके चलती पई आ, गोल्डी ते पनीत अपना हिसाब किताब जनतक कर देण, यह मसला अज ही खत्म हो जूगा अज ही। तो बहाने की बनाते पे आ कि असी जी अकाल तख्त साहब ते हाजिर हो जाएंगे, गुरु घर के खड़ के सोह करते पे आ, जबकि सारा काम एको एक दिन ही खत्म होंदा सीगा अज तो 10 दिन पहला। हिसाब किताब कोई है नहीं गा, क्योंकि जो ज़्यादा पैसा डिगया इन्हों को कैश डिगया, तो कैश लिखिया नहीं गा, कितने लाया कितने नहीं आया, किने भेजिया किने नहीं भेजिया, इन्हों कोई रसीद नहीं किसी को दिती गई, किसी का विच जिक्र नहीं किया। मन के चलो मैं पैसे भेजदा जां तुसीं पैसे भेजदे आ, पंजा हज़ार लख रुपया भेजिया इन्हों, इन्हां लोकां नूं, ते की इन्हां ने तुहाडा नाम उस वीडियो विच लिया है, उस वीडियो विच जिक्र किया कि आ फलाने सिंह वल्लों जी पैसे आए आ, परिवार की हेल्प लई पैसे आए आ। जे किसी वीडियो विच जिक्र करदे आ लोक तां मैनूं जरूर भेजिओ वीडियो कि इन्हां ने किसी का नाम लैके उस घर दे विच सेवा पहुँचती की आ, कि तैनू भैणे तैनू भरा जां तैनू मां फलाने वीर वल्लों इन्ने पैसे आए आ, ते असीं तैनू दे चले आ। जिथे भी दसदे आ कि तेरा भरा जाऊंदा है, तेरा वीर हैगा है तेरे लिए करन वास्ते, तू मां टेंशन ले, तू भैन तेरे असीं भरा हैगे आ जाऊंदे आ, ते बर जिहड़े पैसे भेजदे आ उह भरा कित्थे रहिंदे साडे?
माल मालकां दा मशहूरी कंपनी दी पैसा भेजण वाले होर भरा ते मशहूरी अपनी इहनां दी ते समाज सेवी अपनी। सो जागण दा वेला है, गल हिसाब दी आ। तो सारिआं नूं मेरा इस वीडियो राही कहना यही मतलब आ कि कोई भी भरा जिहड़े आह चौलां मारदे फिरदे ना आसे पासे तीन चार चार जाने, इन्हां पिछे लग के कोई भी इस मसले तो भटके ना, क्योंकि इस मसले तो भड़काउण दी कोशिश की जा रही आ ते बघेल सिंह नूं गलत करन दी कोशिश की जा रही आ। बघेल सिंह ने पिछे की कीता, की पिछले समय च उहने इंडिया विच की कीता, मैनूं कुछ नहीं पता, ना ही उस बारे मैं जानना चाहुंदा। पर अज दे टाइम जो बघेल सिंह ने कीता, जिहड़े चेहरे दुनिया दे सामने नंगे करने सी उह बघेल सिंह ने कीते आ, उस दे कोले बकायदा प्रूफ भी पए आ। ते हुण तां जे देखीए आपां एक दो पुलिस ऑफिसर भी आ जिन्हां ने पंजाब दे विच्चों इन्हां दोनों पुलिस ऑफिसरां दे उपर उंगलियां उठाईआं ने, ते उन्हां दीआं वीडियो भी मैं तुहाडे सामने शेयर करूँगा कि इन्हां दा डिपार्टमेंट जिहड़ा हैगा उह भी इन्हां उत्ते उंगलियां उठा रिहा है, सिर्फ इसे करके क्योंकि जे इह सच्चे आ ते अपना हिसाब किताब लोगों के सामने पेश करन, चाहे गोल्डी चाहे पनीत चाहे मनदीप इटली वाला। जदों इन्हां नूं पुछया जा रहा कि तुहाडे अकाउंट दे विच किन्ना पैसा, वह पैसा किन्हां दा, लोकां दा जिन्होंने सेवा की आ, तो की गल ये सेवा जिहड़ी पैसा आया ये शो नहीं कर सकते भी साढ़े अकाउंटां दे विच किन्ना पैसा पिया है, ये लोगों को दस नहीं सकते गे कि साढ़े कोले भाई जिहड़े बाहरले सेवादार एन आर आई भरावां ने सानूं पैसा भेजिया, इन्ना पैसा साढ़े अकाउंट विच पिया है, इन्ना पैसा लाया असी। यही काम मनदीप इटली जिहड़ा इटली नूं चल गया हुण छुट्टी कट के, उसनों जब किसी मुंडे वालों पुछया गया, रिकॉर्डिंग तुसीं सारिआं ने सुनी आ कि वीर मेरिया जब तुसीं घर किसे दा बनाउणा सीगा तुसीं कह के आए आ, ठीक है, तां घर बनाया क्यों नहीं, कहिंदा 6 महीने का टाइम लैके असीं घर बनावांगे, 6 महीने तक घर बनावांगे, ओके, ये गल सब ने सुनी आ, 6 महीने तक घर बनावांगे। पर जदों उदों अकाउंट दे विच्चों पैसे पुछे गए भी तेरे अकाउंट दे विच्च पैसे किन्ने पए आ, इस एन जी ओ दे अकाउंट विच्च पैसे किन्ने पए आ, उहने साफ इनकार कर दिता दसण तों। क्यों दसण तों इनकार कर दिता? जे 10-20 हज़ार हुंदा 50 हज़ार हुंदा तां उस वक्त बंदा दसदा भी, ते जे कह दईए 10-15-20-40 लख रुपया पिया है, इहने दस्सिया क्यों नहीं इस गल दे मसले? सिर्फ इस करके इहने अकाउंट दे विच्च पैसे नहीं दसे कि जिहड़े घर नूं इह लारा ला के आया सी भी 6 महीनियां तक बनावांगे, जे ये उस वक्त दस दिंदा कि भरा साडे अकाउंट दे विच 10 लख रुपया पिया है, तो फिर उस वीर ने अगला सवाल यही करना सी कि तुसीं 6 महीनों का टाइम क्यों मंगिया, क्यों 6 महीने का लारा लाया उस परिवार को, जिस परिवार की हैल्प अज करनी बनती सी, तुसीं अज घर पवा सकते सी, तुहाडे अकाउंट दे विच पैसा हैगा, फिर वह 6 महीने लई क्यों डिले किया? जे अज जिहड़े भी कोई भी देख लगे आपां जिहड़े सच्चे सच्चे दिलों सेवा कर रहे आ, कोई भी भरा साडे, ठीक आ, ते ओह अज इहनां दी हैल्प विच क्यों नहीं खड़दे पए गे, ओह इहनां दी सपोर्ट विच क्यों नहीं खड़दे पए गे? क्योंकि ये लोग झूठे आ, किते ना किते इहनां लोकां दी बेईमानी झलक रही आ इहनां मसलिआं दे विच। ते हुण सिर्फ ये गल नूं दूसरा पासा दिखा रहे आ भी हाँ बघेल सिंह ने पहलां की कीता लोकां दे नाल, की नहीं कीता, इस मसले को भड़का के दूसरी साइड में लिजाया जा रहा है। सो सारे भरावां बघेल सिंह का साथ देने की लोड़ आ, क्योंकि लड़ाई एक सारिया की बनती है, ना कि कल बघेल सिंह की बनती है, ये किसी ना जानी दुश्मनी नहीं गी, उसका कोई परसनल मसला नहीं गा इस दे विच। सो सारे भरा उसका साथ दिओ, ते जिहड़े ये साइड ते कुत्ते भौंकदे आ चवलां मारदे आ इन्हां नूं थोड़ा जिहा इगनोर करो, ठीक है ना। तो जिहड़ा आ पक्खों बोल के गया है सब तो जिहड़े भरावां ने नहीं सुनी, शुरू तो लैके वीडियो सुन के देखियो कि बघेल सिंह नूं किवें टारगेट किया जा रहा उसके पुराने मसलियां नूं कढ के, जबकि मसला सिर्फ ये आ कि समाज सेवी हिसाब देन किन्ना पैसा आया है, किन्ना पैसा लाया है, किन्ना पैसा उन्होंने खाया है, किन्ना पैसा उन्होंने जेब दे विच पाया है, रौला सिर्फ इत्थे आ। तो मैं सिर्फ यही चीज़ होण दे बारे आया सी कि नेकी नूं जिहड़ा नेकी बोलदा पिया उह सिर्फ नेकी ने फोटो मैरिट कीती जां गुरुआं दे खिलाफ बोलिया नेकी, वह बघेल सिंह करके नहीं बोलिया, उस कुत्ते दी आदत आ भौंकना, ते उहने हमेशा भौंकदे रहना, चाहे बघेल सिंह सीगा चाहे बघेल सिंह है भी नहीं सीगा इस मसले दे विच। आने वाले टाइम दे विच भी उसने भौंकना तुहाडे सब दे सामने आ, उहनूं कोई जदों भी उस कुत्ते नूं कोई चीज़ मिलदी आ उदां दा अटैक करन दी सिख कौम दे उपर उह अटैक करदा उस अपनीआं गल्लां दे नाल। सो भरा मेरे इन्नी क बेनती मैं करनी जी थोड़े सारे नाल, मसला सिर्फ हैगा है पैसे का, बस
कि पैसा जनतक कर दन कि पैसा आया कि नहीं लाया गा, किसी ने लख रुपया किसी के घर में हेल्प भेजी आ, मान के चलो मैं थोड़ा कोई वीर वेखदा पाया मैं लख रुपया थोड़ा हेल्प भेजती थोड़े घर घर पैना, इन्होंने उत्थे 10,000 रुपया देता 90,000, ठीक है ना। तो कि पता लगेगा भी कि पैसा आया। हुण तक साढ़े बच्चे बहुत सारे साढ़े कॉन्टैक्ट के इदा के लोग आए आ जिहड़े जिन्हां नूं पता ही नहीं साडा पैसा लगा कित्थे आ, साडा पैसा गया कित्थे आ, साडा पैसा पहुंचिया कि नहीं पहुंचिया उन्हां लोड़वंदा तक, कोई हिसाब किताब ही नहीं गा। साहब इन्हां नूं वट्सएप ते मैसेज कर दिओ कि भरा मेरे तुहानूं असीं सेवा भेजनी आ ते तुहानूं राइट वे तुहानूं ये नाम भेज देणगे, सानूं मनीग्राम कर दिओ, सानूं वेस्टर्न यूनियन कर दिओ। पर जदों इन्हां नूं तुसीं कॉल करदे आ तुहाडा अग्गे फोन नहीं चक्किया जांदा गा, की गल बई। पैसों वेले थोड़ा मूँह इदा खोल जाता जो थोड़ू पुछते हैं कि भीर साढ़े पैसे कितने लाए कितने नहीं, मुड़ के थोड़े मूँह बंद हो जाते हैं, मुड़ के कहने सानू कॉल बहुत आउंदियां है, सानू सद्दे ते कॉल चक नहीं हुंदी गी, की गल बई। जे सोशल मीडिया से काम चलाया तुसीं सेवा करन दा, सोशल मीडिया के राहीं तुसीं पैसे मंगे लोगों तो, फिर सोशल मीडिया के हिसाब क्यों नहीं रखते अपना कि किन्ने पैसे तुहानू आए किन्ने पैसे तुसीं लोगों च दित्ते। अज दे टाइम जे सही देखिए ना ये बंदे वाकई इन्होंने सेवा दे नाते इन्होंने बंदिया ने कुछ ना कुछ किया है, क्योंकि जे अज सारे दे विच हवा चलती है ना जिहड़े बंदे सच्चे आ वह बंदे फ्रंट ते आके गलबात करते आ, किन्ने टीवी रेडियो चैनल वालिया ने टीवी चैनल किए आ कि बैठ के इन्होंने अज भी एक बारी भी किया कि मैं टीवी चैनल पर फलाने पर बैठ जाना तो मैनू भाई पैसे तुसीं तुसी अपने प्रूफ शो कर दिओ अगे तुहानू मैं अपना हिसाब किताब दे दूंगा, कदे इन्हां दी जबान दे विचों आ गल नहीं निकली। अज तक जे गल निकली आ ते एक ये कहिंदा पिया है कि मैं गुरु रामदास जी नूं जवाब देण वाल दे सकदा, सिर्फ मैं होर किसी नूं जवाब नहीं दे सकदा। दूसरा ये कहिंदा पिया कि मेरे तो हिसाब जे लैणा तां काल तख्त ते जाके लै लो। किड्डे किहे धार्मिक मसले आ जिहड़े धार्मिक दीआं इन्हां ने जे कह दईए भी धार्मिक से अटैक किया साढ़े ते, जां उदां दीआं मनदे आ कि कोई भी गलती करदा बंदा धर्म के प्रति तो वह बंदा अकाल तख्त साहब ते जाके पेश हुंदा, तो ये बंदा की करना चाहुंदा शो कि मैं सच्चा वा। जे सच्चा है तो सामने टीवी ते बैठ के दिखा दे लोगों नूं भी हाँ भी भाई आह चीज़ आ। रौला किस गल का चलता पिया है? सिर्फ इको गल का रौला बघेल सिंह नाम नहीं उजागर करता पिया कि किन्हां ने पैसे भेजे आ, तो गोल्डी कोल हिसाब किताब है नहीं गा भी मैनू पता नहीं किहदे किहदे पैसे आए आ। जे मन के चलो एक गल तुहानूं मैं दसां, गोल्डी ने 20 बंदे नाम रख लिख के रखी बैठा रजिस्टर में, मैनू फलाने ने पैसे भेजे, मैनू फलाने ने पैसे भेजे, ओके ठीक है। तो उधरों बघेल सिंह 20 बंदे दे नाम लिखी बैठा, 30 बंदे दे नाम लिखी बैठा, 10 बंदे दे नाम हुण गोल्डी कोले है नहीं गे, वह 10 बंदे दे नाम हुण उह इह कहिंदा पिया कि बघेल सिंह पहलां मैनू दसे भी किने किने पैसे भेजे, तूं मैनू प्रूफ दे, ते जिन्हां ने पैसे भेजे जिहड़े मैं नहीं नाम ऐड कीते अपने रजिस्टर दे विच वह भी नाम मैं बाद रजिस्टर कर दूँ जो बघेल सिंह बोलूगा भी मैनू ए पैसे भी आ गए ये पैसे भी आ गए। जबकि कैश ले आ भरा मेरे एक भी वीडियो तुम शो कर दौ कि नाम लैके इन बंद ने सेवा की आ, जिदा सुखविंदर सिंह पीपी भाजी हूँ सेवा करते पे आ, जिदा भैन से हरजीत कौर बटरुखा कुड़ी सी सेवा करती सी, होर भी बहुत सारे समाज सेवी आ। मैं खुद हैल्प भेजी सी, 2 वारी हैल्प भेजी आ, दोनों वारी उन्होंने बकायदा उस घर के खड़ के जिहड़ी मैं समाज सेवा के थ्रू मैं हैल्प की आ, दोनों वारी उस घर के खड़ के उन्होंने कहा कि आ वीरजीत सिंह सुखे वालों सेवा आई आ, इन्ने पैसे आए आ। उस वक्त मैनू वीडियो विखाई गई कि मेरे तेरे पैसे पहुँचते हो गए, कि इन बंदियां दी मैनू एक भी वीडियो दिखा दिओ जिस दे विच इन्हां इंसानां ने कहा होवे कि हाँ बई कि आ फलाने सिंह वालों पैसे आए आ, आ फलाने वीर वालों घर पवाउण दे पैसे आए आ, ते वाकई मैं अज तो बाद बोलना बंद कर दूंगा, ते मैं ये मान लूंगा कि असी भरा सीगे झूठे ते ये बंदे सीगे सच। ते जिहड़े सच्चे हुंदे आ ना उह हैक च वजदे सीधे आ गए, ना कि किसी दीआं परिवारां तक जांदे, जिद्दां प्रभजीत सिंह वर्गे जांदे पए आ, मूँह दे उपर जिहड़े दाड़े प्रकाश कीते पए आ ते पहुँचदे पए आ फैमलियां तक, उत्थों तां जुत्तियां ही लाइक जुत्तियां दी सेवा चाहीदी बस सिर्फ, तो जुत्तियां ही पैनिया चाहिए पखों के जिहड़ा ये गल के किधरले पासे टाल के लिए जाता पिया है। लड़ाई की चलती पई आ, मसला की चलता पिया वा, बच्चे निशाना बघेल सिंह कि सीधा जा रहा ना। बघेल सिंह का मैं सपोर्टर हाँ,
ना ਬਘੇਲ ਸਿੰਘ ਮੇਰੀ ਮਾਸੀ ਦਾ ਭੂਆ ਦਾ ਮੁੰਡਾ ਨਾ ਬਘੇਲ ਸਿੰਘ ਨਾਲ ਮੈਂ ਪਹਿਲੇ ਸਮੇਂ ਦੇ ਵਿੱਚ ਸੀਗਾ ਬਘੇਲ ਸਿੰਘ ਨਾਲ ਨਾ ਮੈਂ ਅਗਲੇ ਸਮੇਂ ਦੇ ਵਿੱਚ ਹੋਊਂਗਾ ਜੇ ਮੈਂ ਅੱਜ ਦੇ ਟਾਈਮ ਬਘੇਲ ਸਿੰਘ ਦੇ ਨਾਲ ਹੈਗਾ ਤੇ ਮੈਂ ਸਿਰਫ ਇਸ ਕਰਕੇ ਸੀਗਾ ਕਿਉਂਕਿ ਅੱਜ ਤੋਂ ਸਾਲ ਪਹਿਲਾਂ ਮੈਂ ਸਮਾਜ ਸੇਵਕਾਂ ਦੇ ਉੱਪਰ ਸਵਾਲ ਉਠਾ ਦਿੱਤੇ ਸੀਗੇ ਕਿ ਇਹਨਾਂ ਲੋਕਾਂ ਨੇ ਪੈਸਾ ਖਾਧਾ ਸੇਵਾ ਦੇ ਵਿੱਚੋਂ ਮੇਵਾ ਖਾਧਾ ਅੱਜ ਤੋਂ ਸਾਲ ਪਹਿਲਾਂ ਇਸ ਕਰਕੇ ਮੈਂ ਬਘੇਲ ਸਿੰਘ ਦੀ ਸਪੋਰਟ ਕਰਦਾ ਪਿਆ ਕਿ ਇਹਨਾਂ ਦੇ ਚਿਹਰੇ ਵਾਕਈ ਨੰਗੇ ਕਰਨੇ ਚਾਹੀਦੇ ਆ ਸਾਡੇ ਮੁੰਡਿਆਂ ਨੂੰ ਇੱਥੇ ਦਿਨ ਦਿਹਾੜੇ ਸਟੋਰਾਂ 'ਤੇ ਗੋਲੀਆਂ ਮਾਰ ਕੇ ਕਾਲੇ ਚੱਲ ਜਾਂਦੇ ਆ ਲੁੱਟਾਂ ਖੋਹਾਂ ਕਰਕੇ ਬਘੇਲ ਸਿੰਘ ਨੇ ਵੀਡੀਓ ਦਿਖਾਈ ਆ ਤੁਹਾਨੂੰ ਪਹਿਲਾਂ ਕਿ ਕਿੱਦਾਂ ਦਸ ਦਸ ਟਰੱਕ ਵੱਜਦੇ ਆ ਐਕਸੀਡੈਂਟ ਜਦ ਹੁੰਦੇ ਆ ਅਤੇ ਕਿੱਦਾਂ ਮੁੰਡਿਆਂ ਨੂੰ ਜਦੋਂ ਵਿੱਚੋਂ ਟਰੱਕਾਂ ਦੇ ਕੱਢਣਾ ਪੈਂਦਾ ਆਰੀਆਂ ਨਾਲ ਵੱਢ ਵੱਢ ਕੇ ਉਹਨਾਂ ਦੇ ਪੀਸ ਕਰ ਕਰਕੇ ਟਰੱਕਾਂ ਦੇ ਵਿੱਚੋਂ ਕੱਢਣਾ ਪੈਂਦਾ ਉਹਨਾਂ ਕਮਾਈਆਂ ਦਾ ਹਿੱਸਾ ਮੰਗਦੇ ਪਏ ਆ। ਕੱਲ੍ਹ ਹੀ ਮੈਂ ਤੁਹਾਨੂੰ ਇੱਕ ਵੀਡੀਓ ਪਾ ਕੇ ਦਿਖਾਈ ਸੀ ਕਿ ਮੈਂ ਇੱਥੇ ਟਰੱਕ ਵਾਸ਼ 'ਤੇ ਗਿਆ, ਉਹ ਬੰਦਾ ਵੀ ਖੁਦ ਇੱਕ ਨਿਸ਼ਾਨਾ ਬਣ ਗਿਆ ਸੀ ਗੋਲੀ ਨੂੰ ਸੇਵਾ ਭੇਜਣ ਦਾ ਅਤੇ ਉਸਨੂੰ ਮੌਕੇ 'ਤੇ ਪਤਾ ਲੱਗ ਗਿਆ ਕਿ ਹਾਂ ਵੀ ਇਹਨਾਂ ਬੰਦਿਆਂ ਦੀ ਸੇਵਾ ਕਰਨ ਦਾ ਕੀ ਜ਼ਰੀਆ ਕੀ ਤਰੀਕਾ ਅਤੇ ਉਸ ਬੰਦੇ ਨੇ ਸੇਵਾ ਤੋਂ ਉਹ ਬੰਦਾ ਬਚ ਗਿਆ। ਇਮੋਸ਼ਨਲ ਕਰਦੇ ਆ, ਇਮੋਸ਼ਨਲ ਬਲੈਕਮੇਲ ਕਰਦੇ ਆ। ਜੇ ਇਹੋ ਜਿਹੀਆਂ ਕੰਟਰੀਆਂ ਦੇ ਵਿੱਚ ਹੋਣ, ਅਮੈਰੀਕਾ, ਕਨੇਡਾ, ਕਿਤੇ ਵੀ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਹੋਣ ਅਤੇ ਇਹਨਾਂ ਦੇ ਵੱਡੇ ਵੱਡੇ ਪਰਚੇ ਹੋ ਸਕਦੇ ਆ। ਪਰ ਅਸੀਂ ਇਹੀ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਨੂੰ ਵੀ ਜਾਗਣ ਦੀ ਲੋੜ ਆ। ਜੇ ਇਹ ਗੱਲ ਨਹੀਂ ਗੀ ਤਾਂ ਪੁਲਿਸ ਨੂੰ ਇਸ ਦੇ ਵਿੱਚ ਆਉਣਾ ਚਾਹੀਦਾ, ਕਿਉਂਕਿ ਪੁਲਿਸ ਦੇ ਹੁਣ ਕਰਮਚਾਰੀ ਵੀ ਇਹਨਾਂ ਉੱਪਰ ਉਂਗਲਾਂ ਉਠਾ ਰਹੇ ਆ ਕਿ ਵਾਕਈ ਕੁਝ ਨਾ ਕੁਝ ਕਿਤੇ ਗਲਤ ਹੈਗਾ, ਚੱਲ ਰਿਹਾ ਕੁਝ ਨਾ ਕੁਝ ਗਲਤ। ਅਤੇ ਪੁਲਿਸ ਨੂੰ ਅਤੇ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਤੋਂ ਹਿਸਾਬ ਕਿਤਾਬ ਲਿਆ ਜਾਵੇ। ਜੇ ਸੱਚੇ ਆ ਤਾਂ ਠੀਕ ਆ, ਸਭ ਦੇ ਸਾਹਮਣੇ ਦੱਸਿਆ ਜਾਵੇ ਕਿ ਭਾਈ ਇਹਨਾਂ ਵੱਲੋਂ ਕੋਈ ਇੱਦਾਂ ਦੀ ਹਰਕਤ ਨਹੀਂ ਕੀਤੀ ਗਈ। ਅਤੇ ਜੇ ਝੂਠੇ ਆ ਤਾਂ ਉਹ ਵੀ ਲੋਕਾਂ ਦੇ ਵਿੱਚ ਦੱਸਿਆ ਜਾਵੇ ਕਿ ਇਹਨਾਂ ਨੇ ਭਾਈ ਸੇਵਾ ਦੇ ਨਾਂ 'ਤੇ ਪੈਸਾ ਖਾਧਾ। ਲੁੱਟਣ ਵਾਲੇ ਤਾਂ ਅੱਜ ਵੀ ਲੁੱਟੀ ਜਾਂਦੇ, ਗੁਰੂ ਘਰਾਂ ਦੇ ਵਿੱਚ ਬੈਠੇ ਵੀ ਸਾਨੂੰ ਲੁੱਟੀ ਜਾਂਦੇ ਆ। ਅਤੇ ਕਈ ਵੀਰ ਭਰਾ ਮੇਰੇ ਕਹਿੰਦੇ ਆ ਕਿ ਤੁਸੀਂ ਸਿਰਫ ਸਰਕਾਰਾਂ ਦੇ ਖਿਲਾਫ ਨਹੀਂ ਬੋਲਦੇ, ਤੁਸੀਂ ਜੀ ਪੰਜਾਬ ਦੇ ਜਿਹੜੇ ਚੱਲ ਰਹੇ ਆ ਕੰਮ ਉਹਨਾਂ ਦੇ ਖਿਲਾਫ ਨਹੀਂ ਬੋਲਦੇ, ਤੁਸੀਂ ਦੂਸਰਿਆਂ ਮਸਲਿਆਂ 'ਤੇ ਗੱਲਬਾਤ ਨਹੀਂ ਕਰਦੇ। ਉਹ ਵੀ ਇੱਕ ਵੀਡੀਓ ਕਰਾਂਗੇ ਕਿ ਅਸੀਂ ਕਿਹੜੇ ਕਿਹੜੇ ਮਸਲਿਆਂ 'ਤੇ ਅੱਜ ਤੱਕ ਬੋਲ ਚੁੱਕੇ ਹਾਂ, ਜਿਹੜੀਆਂ ਸਰਕਾਰਾਂ ਦੀ ਗੱਲ ਤੁਸੀਂ ਕਰਦੇ ਹੋ, ਸਰਕਾਰਾਂ ਖਿਲਾਫ ਨਹੀਂ ਬੋਲਦੇ। ਸਰਕਾਰਾਂ ਨੂੰ ਵੋਟਾਂ ਕੌਣ ਪਾਉਂਦੇ ਆ? ਤੁਸੀਂ ਲੋਕ ਭਰਾ, ਠੀਕ ਆ। ਬਾਹਰਲੇ NRI ਭਰਾ ਤਾਂ ਪੈਸੇ ਵੋਟਾਂ ਪਾਉਂਦੇ ਨਹੀਂ, ਤੁਹਾਨੂੰ ਪੰਜਾਬ ਦੇ ਵਿੱਚ ਆ ਕੇ ਵੀ ਹਾਂ ਵੀ ਭਾਈ ਅਸੀਂ ਵੋਟ ਪਾ ਕੇ ਸਰਕਾਰ ਬਣਾਈ ਆ, ਸਰਕਾਰ ਬਣਾਈ ਆ, ਤੁਸੀਂ ਪੰਜਾਬ ਵਾਲੇ ਹੋ, ਅਤੇ ਫਿਰ ਜਵਾਬ ਕਿਹਨਾਂ ਨੇ ਮੰਗਣਾ ਉਹਨਾਂ ਸਰਕਾਰਾਂ ਤੋਂ? ਤੁਸੀਂ ਭਰਾ। ਅਤੇ NRI ਭਰਾਵਾਂ ਨੇ ਪੈਸਾ ਭੇਜਿਆ ਹੈ ਅਤੇ ਜਿਹੜੇ ਪਰੂਫ ਉਹਨਾਂ ਕੋਲ ਬਘੇਲ ਸਿੰਘ ਕੋਲ ਆਏ ਆ ਉਹ ਉਹਨਾਂ ਨੇ ਹੀ ਹਿਸਾਬ ਮੰਗਣ ਵਾਸਤੇ ਬਘੇਲ ਸਿੰਘ ਨੂੰ ਅੱਗੇ ਕੀਤਾ ਹੋਇਆ ਕਿ ਬਘੇਲ ਸਿੰਘ ਤੇਰੇ ਕੋਲ ਪਲੇਟਫਾਰਮ ਆ, ਤੇਰੇ ਕੋਲ ਸੋਸ਼ਲ ਮੀਡੀਆ ਹੈ, ਤੈਨੂੰ ਬੋਲਣ ਦਾ ਪਤਾ, ਤੈਨੂੰ ਗੱਲ ਕਰਨ ਦਾ ਪਤਾ, ਸਭ ਕੁਝ ਭਰਾਵਾ, ਸਾਡਾ ਹੱਕ ਸਾਨੂੰ ਲੈ ਕੇ ਦੇ ਵੀ ਸਾਡੇ ਪੈਸੇ ਕਿੱਥੇ ਆ, ਸਾਨੂੰ ਹਿਸਾਬ ਕਿਤਾਬ ਚਾਹੀਦਾ। ਤੁਸੀਂ ਦੇਖਿਆ ਹੀ ਆ ਕਿ ਕਿੰਨੇ ਰੇਡੀਓ ਦੇ ਉੱਪਰ ਆਉਂਦੇ ਪਏ ਆ ਲੋਕ, ਕਿੱਦਾਂ ਹਰ TV ਚੈਨਲ ਦੇ ਉੱਪਰ ਬਘੇਲ ਸਿੰਘ ਇਸ ਟਾਈਮ ਬੈਠਾ ਵਾ। ਅਤੇ ਇਹਨਾਂ ਬੰਦਿਆਂ ਦੇ ਵਿੱਚ ਹਿੰਮਤ ਹੈ ਨਹੀਂ ਗੀ ਕਿ ਹਾਂ ਕਿ ਸਾਹਮਣੇ ਆ ਕੇ ਬਘੇਲ ਸਿੰਘ ਦੇ ਬੈਠ ਕੇ ਇਹ ਬੰਦੇ ਡਿਬੇਟ ਕਰ ਦੇਣ। ਕਿਉਂ ਭੱਜਦੇ ਪਏ ਆ? ਕਿਉਂ ਗੁਰੂ ਘਰਾਂ ਨੂੰ ਇਹ ਮੋਹਰਾ ਬਣਾਉਂਦੇ ਪਏ ਆ ਕਿ ਅਸੀਂ ਤਾਂ ਜੀ ਗੁਰੂ ਰਾਮਦਾਸ ਦੇ ਗੁਰੂ ਰਾਮਦਾਸ ਜੀ ਨੂੰ ਜਵਾਬ ਦੇਵਾਂਗੇ ਅਤੇ ਅਸੀਂ ਜੀ ਅਕਾਲ ਤਖ਼ਤ 'ਤੇ ਹਿਸਾਬ ਦੇਵਾਂਗੇ? ਐਡਾ ਕਿੱਡਾ ਕੁ ਵੱਡਾ ਜੁਰਮ ਕੀਤਾ ਜਿਹੜਾ ਤੁਹਾਨੂੰ ਗੁਰਦੁਆਰਾ ਨਿਸ਼ਾਨਾ ਬਣਾਉਂਦੇ ਪਏ ਆ ਤੁਸੀਂ ਆਪਣੀ ਆੜ ਦੀ, ਆਪਣੀ ਢਾਲ ਆਪਣੇ ਲਈ, ਜਿਹੜੀ ਤੁਸੀਂ ਸੇਵਾ 'ਚੋਂ ਮੇਵਾ ਲੱਭਿਆ। ਸੋ ਮੇਰੀ ਵੀਡੀਓ ਦੇ ਵਿੱਚ ਸਿਰਫ ਇਹ ਸੀ ਕਿ ਬਘੇਲ ਸਿੰਘ ਦੀ ਜਿਹੜੀ ਲੜਾਈ ਵਿੱਢੀ ਹੋਈ ਆ ਜਾਂ ਮੁਹਿੰਮ ਜਿਹੜੀ ਹੁਣ ਚਲਾਈ ਹੋਈ ਆ ਉਸ ਨੂੰ ਇੱਕ ਨਵਾਂ ਮੋੜ ਦਿੱਤਾ ਜਾ ਰਿਹਾ ਉਸ ਦੇ ਦੁਸ਼ਮਣਾਂ ਵੱਲੋਂ ਜਾਂ ਉਸਨੇ ਪੁਰਾਣੇ ਸਮੇਂ ਵਿੱਚ ਕੀ ਕੀਤਾ ਕੀ ਨਹੀਂ ਕੀਤਾ ਉਹਨਾਂ ਵੱਲੋਂ। ਅਤੇ ਪਰ ਜਿਹੜਾ ਆਹ ਮਸਲਾ, ਇਸ ਮਸਲੇ ਨੂੰ ਇੱਦਾਂ ਹੀ ਚੱਲਣ ਦਿਓ ਅਤੇ ਸਪੋਰਟ ਕਰੋ ਸਾਰੇ ਭਰਾ ਉਹਦੀ, ਕਿਉਂਕਿ ਜੇ ਉਹ ਸੱਚੇ ਆ ਤਾਂ ਸਾਹਮਣੇ ਆ ਜਾਣ। ਪਰ 10 ਦਿਨ ਦੇ ਕਰੀਬ ਹੋ ਗਿਆ ਘੱਟੋ ਘੱਟ, ਜੇ ਸੱਚੇ ਹੁੰਦੇ ਤਾਂ ਹੁਣ ਨੂੰ ਉਹ ਸਾਹਮਣੇ ਆ ਜਾਂਦੇ ਅਤੇ ਇੱਥੋਂ ਹੀ ਪਤਾ ਲੱਗਦਾ ਕਿ ਕੌਣ ਸੱਚਾ ਅਤੇ ਕੌਣ ਝੂਠਾ ਹੈ। ਅਤੇ ਜੇ ਰੌਲਾ ਚੱਲਦਾ ਪਿਆ ਹੈ ਅੱਜ ਦੇ ਟਾਈਮ, ਅਤੇ ਰੌਲਾ ਇਸ ਕਰਕੇ ਚੱਲਦਾ ਪਿਆ ਵਾ ਕਿ ਹਰ ਇੱਕ NRI ਭਰਾ ਦੇ ਕੰਨ ਤੱਕ ਗੱਲ ਪਹੁੰਚ ਜਾਏ ਕਿ ਵਾਕਈ ਬਈ ਆਪਣੇ ਪਿੰਡਾਂ ਨੂੰ ਸੰਭਾਲ ਲੈਣ, ਆਪਣੇ ਪਿੰਡਾਂ ਦੇ ਵਿੱਚ ਗਰੀਬਾਂ ਦੀ ਹੈਲਪ ਕਰ ਦੇਣ। ਜੇ ਕਿਸੇ ਦਾ 50,000, 60,000 ਰੁਪਇਆ, 1,00,000 ਇਲਾਜ 'ਤੇ ਲੱਗਦਾ ਜਾਂ ਪਿੰਡ ਦੇ ਵਿੱਚ ਕੋਈ ਉੱਦਾਂ ਦਾ ਘਰ ਹੈਗਾ, ਪੰਜ ਹਰੇਕ ਦੇ ਪਿੰਡ ਦੇ ਵਿੱਚੋਂ, ਹਰ ਪਿੰਡ ਦੇ ਵਿੱਚੋਂ ਜੇ ਅੱਜ ਦੇ ਟਾਈਮ ਦੇਖੀਏ ਨਾ 50-60 ਬੰਦੇ ਬਾਹਰ ਬੈਠੇ ਆ ਹਰ ਪਿੰਡ ਦੇ ਵਿੱਚੋਂ। ਅਤੇ ਜੇ ਉਹ 50-60 ਰਲ ਮਿਲ ਕੇ ਆਪਸ ਵਿੱਚ ਚੱਲਣ ਤਾਂ ਮੈਂ ਕਹਿੰਦਾ ਵੀ ਕੋਈ ਲੋੜ ਹੀ ਨਹੀਂ ਨਾ ਸਮਾਜ ਸੇਵੀਆਂ ਦੀ, ਨਾ ਇਹਨਾਂ ਨੂੰ ਸਟਾਰ ਬਣਾਉਣ ਦੀ ਲੋੜ ਆ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਭਰਾ ਮੇਰੇ। ਇੰਨਾ ਕੁ ਮੈਂ, ਮੇਰੇ ਅੰਦਰ ਉਬਾਲਾ ਸੀਗਾ ਇਸ ਜਿਹੜਾ ਪੱਤਰਕਾਰ
गंद पा गया ना पखो के जिहड़ा इह टारगेट करदा पिया भगेल सिंह नूं। सिर्फ इहदे प्रति मैं वीडियो कीती आ कि गल की आ ते तू दिशा गल नूं किहड़ी दे रहे आ, ठीक है ना। उस गल ते मसले ते हल गल नहीं कीती, सवाल देखदे किदां दे सवाल शरेआम टारगेट जे करना चाहिया, जे बदनाम करना चाहिया उस नूं ही भगेल सिंह नूं करना चाहिया कि हाँ उस रस्ते तों भटका के इहनूं दूसरे पासे लै जाए। आप नहीं इहनूं दिसदा पिया कि इहने दाढ़ी दे विच किलो किलो रंग वसाया होया ते गल्लां करदा पिया हुण इह अगे धर्म दीआं। सो सारे वीर गौर रखिओ इस गल दी। फिर कहिंदे आ कि उत्थे इक बंदा भी जागदी जमीर वाला हुंदा, उस बंदे नूं पिछों जा के जप्पा पा लैंदा, कोई वड्डी गल नहीं सी इन्नी भीड़ वास्ते। जिहड़ा भरा उह जिहड़ा इह वीर मेरा सुखजिंदर सिंह गल करदा पिया वा, जिहड़ा उह तेज हथियार लै के जिहने अपनी फैमिली दे उपर अटैक कीता उस दी गल करदा पिया। जे इहो जिहा हैपन जिहड़ी आ वी मसला बहुत वड्डा गंभीर आ, इक हिसाब दा चलदा पिया पंजाब दे विच जिहड़ी हरकत हुई आ, जे इहो जिही हरकत इत्थे अमेरिका कनेडा कितें भी हुई हुंदी ना, ਅਤੇ ਉਹਨਾਂ ਨੇ ਇੱਦਾਂ ਦਾ ਇੱਕ ਪੁਲਿਸ ਮੁਲਾਜ਼ਮ ਜਾਂ ਸ਼ੂਟਰ ਕੋਈ ਲਿਆਉਣਾ ਸੀਗਾ ਉੱਥੇ ਖੜ੍ਹੇ ਦੇ ਉੱਤੇ ਠੋਕ ਦੇਣਾ ਸੀਗਾ, ਇੰਨਾ ਕੁਝ ਲੋਕ ਤਮਾਸ਼ਾ ਦੇਖਦੇ ਪਏ ਸੀ ਇੱਕ ਹਿਸਾਬ ਦਾ। ਉਸ ਚੀਜ਼ ਦੀ ਵੀਡੀਓ ਭਰਾ ਮੈਂ ਵੇਖੀ ਆ ਅਤੇ ਵਾਕਈ ਇੱਕ ਅੰਦਰੋਂ ਉਬਾਲਾ ਉੱਠਦਾ ਕਿ ਇੰਨੇ ਲੋਕਾਂ ਦੇ ਸਾਹਮਣੇ ਉਹ ਬੰਦਾ ਕੀ ਸੀਗਾ, ਕਿ ਪੁਲਿਸ ਵੀ ਨਿਹੱਥੀ ਖੜ੍ਹੀ ਸੀ ਜਿਹਨਾਂ ਦੇ ਹੱਥ ਦੇ ਵਿੱਚ ਹਥਿਆਰ ਨਹੀਂ ਸੀਗਾ। ਅਤੇ ਸੋ ਭਰਾ ਮੇਰੇ ਖਿਆਲ ਰੱਖਿਓ ਇੰਨੀ ਕੁ ਗੱਲ ਦਾ, ਅਤੇ ਦੂਜਾ ਬਘੇਲ ਸਿੰਘ ਦੀ ਸਪੋਰਟ ਕਰੋ ਵੱਧ ਤੋਂ ਵੱਧ, ਬਸ ਇਹੀ ਕਹਿਣਾ ਸੀ। ਕਿ ਹੋਰ ਪਾਸੇ ਤੁਸੀਂ ਭੜ ਕੇ ਆਉਣਾ ਕਿ ਕੀ ਮਸਲਾ ਚੱਲਦਾ ਪਿਆ ਕੀ ਨਹੀਂ ਚੱਲਦਾ ਪਿਆ, ਮੇਨ ਮਕਸਦ ਇਹੀ ਆ ਕਿ ਜਿਹੜਾ ਪੈਸਾ ਖਾਧਾ ਸੇਵਾ ਦੇ ਨਾਂ 'ਤੇ ਭਰਾ ਮੇਰੇ ਸਾਰੇ ਵੀਰ ਮੇਰੇ ਗੋਲਡੀ ਭਰਾ ਹੈ ਪੁਨੀਤ ਆ ਕੋਈ ਵੀ ਆ ਮਨਦੀਪ ਆ ਕੋਈ ਵੀ ਆ ਇਹ ਹਿਸਾਬ ਕਿਤਾਬ ਦੇ ਦੇਣ ਅਤੇ ਰੌਲਾ ਖਤਮ ਹੋ ਜਾਵੇ। ਬਸ ਇੰਨਾ ਕੁਝ ਕਹਿਣਾ ਜੀ, ਧੰਨਵਾਦ ਸਾਰੇ ਸਪੋਰਟਰਾਂ ਦਾ, ਅਤੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਅਤੇ ਖੁਸ਼ ਰੱਖੇ ਸਭ ਨੂੰ।